मालवे तो मजे तक, पुआत तो दुआब तक, गंभीर नहीं हो रहे लोग कि पंजाब होवेगा लॉक। पावे की सरकारा सख्ती कर रही है, महामारी नू लेके चीफ मंथन कर रही है, नवी नवी गाइडलाइंस जारी कर रही है, नवे पैंतड़े अपना रही है, स्कूल लॉक कर रही है, कॉलेज लॉक हो रहे ने, नाइट कर्फ्यू भी ला रही है, पत्थर आतल यानी जमीनी सूरत हाल इन्हों हदायतों की धज्जियां उड़ाती नजर आ रही है। हालांकि सरकार ने मास्क नू लेके नवी गाइडलाइंस जारी की है, हुन मास्क ना पाउन वालियां दी शामत आवेगी। मास्क नू लेके सरकार सख्त हो गई है, हुन हदायत हुई है कि मास्क ना पाउन वालियां दा टेस्ट होवेगा, टेस्ट पुलिस अते सेहत महकमा करवाएगा। पंजाब दे शुमार हलके मोहाली अंदर लिविंग इंडिया न्यूज ने सरकार दी हदायतों का जो रियलिटी चैक किया तो असी भी हैरान रह गए। इतने लोग बिल्कुल संजीदा ना दिखे और नियमों की सरियां धज्जियां उड़ाते नजर आए। असी हैरान उस वेले होए जो प्रशासनिक अधिकारी तक ही पुलिस अधिकारी भी मास्क नू गंभीरता ना ना लेंदे नजर आए और रियलिटी चैक च फेल होए। मास्क नहीं पाया, हाँ जी मास्क नहीं पाया, माड़ा पग ठीक कर रहा था। किन्ने टाइम तो हूने कर रहा था, 4 मिनट मैं उत्थे खड़े नू हो गए देख दिन। मोहाली दे सेहत मंत्री दे बलबीर सिंह सिद्धू दे शहर दीयां तस्वीरां ने, क्योंकि कैप्टन अमरिंदर सिंह ने कहा सी कल अब मैं सख्ती करांगा पंजाब दे विच, हुण सख्ती दी लोड़ है। 2 घंटे जिहड़ा करफ्यू दा समां वी वधाया, पर ओह कहिंदे जेकर नहीं मन्नोगे तां मैनूं होर वी सख्त कदम चुकणे पैणगे। जिन्हां ने वह कदम मनाने हुंदे आ, जो कैप्टन अमरिंदर सिंह पंजाब दे मुख मंत्री कल अपनी प्रैस वार्ता दे विच गल कर रहे सी, जिन्हां ने वह कदम मनाने हुंदे आ उन्हां वल्लों किन्ना कु पालना किया जा रही है। तस्वीरां मोहाली दी सेहत मंत्री दे शहर पंजाब दे, जिन्हां ने पूरी पंजाब दी सेहत दी राखी करनी है, उन्हां दे शहर दी तस्वीर है। तां मास्क नहीं पाया, जवाब की सी कहिंदे पग ठीक कर रहे भाजी। भाजी पग ठीक कर रहे भाई, जिम्मेवारी किंदी बनदी है? साडी बनदी जी, ਪਾ ਲਿਆ ਜੀ ਆਪਾਂ ਨੇ ਲਾਇਆ ਵਾ ਮਾਸਕ। ਤਾਂ ਕਹਿੰਦੇ ਪੱਗ ਠੀਕ ਕਰ ਰਹੇ ਸੀ, ਤਰਕ ਕਿੰਨਾ ਕੁ ਜਾਇਜ਼ ਆ ਤੁਸੀਂ ਆਪ ਹੀ ਸਮਝੋਗੇ। ਹੋਰ ਵੀ ਸ਼ਹਿਰ ਦੀਆਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ, ਕਿਉਂਕਿ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕ ਕਿੰਨੇ ਕੁ ਅਵੇਅਰ ਆ, ਜੋ ਅਵੇਅਰ ਕਰਨ ਵਾਲੇ ਉਹ ਕਿੰਨੇ ਕੁ ਅਵੇਅਰ ਆ, ਸਾਰੀਆਂ ਚੀਜ਼ਾਂ ਦਾ ਮੁਲਾਂਕਣ ਹੋਊਗਾ ਅੱਜ। ਹਾਲਾਂਕਿ ਮੋਹਾਲੀ ਉਹ 11 ਜ਼ਿਲ੍ਹਿਆਂ 'ਚ ਸ਼ਾਮਿਲ ਹੈ ਜਿਸ ਅੰਦਰ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਲੋਕ ਸਰੇਆਂ ਬੇਖੌਫ ਬਿਨਾਂ ਵਜ੍ਹਾ ਮਾਸਕ ਨਾ ਪਾਇਆ ਤਾਂ ਧੱਜੀਆਂ ਉਡਾਉਂਦੇ ਨਜ਼ਰ ਆਏ। ਮਾਰਕੀਟ ਦੇ ਆਸ ਪਾਸ 3B1 3B2 ਭਾਜੀ ਮਾਸਕ ਨਹੀਂ ਪਾਇਆ ਹੋਇਆ, ਸਿਕਿਉਰਿਟੀ ਗਾਰਡ ਹੋ ਤੁਸੀਂ, ਇੱਕ ਕੰਪਨੀ ਵੈਲ ਨੋਨ ਕੰਪਨੀ, ਮਾਸਕ ਨਹੀਂ ਪਾਇਆ ਹੋਇਆ? ਵੱਲ ਨਹੀਂ ਜੀ। ਕਾਰਨ ਕੀ ਨਾ ਪਾਉਣ ਦਾ? ਹੁਣੇ ਆਇਆ ਜੀ ਅੰਦਰ ਨੇ ਪਾਇਆ ਹੋਇਆ ਸੀ ਪਹਿਲੇ। ਤਾਂ ਬਹਾਨਾ ਹੁਣੇ ਆਏ ਅੰਦਰ ਤੋਂ ਭਾਜੀ, ਤੁਸੀਂ ਨਹੀਂ ਪਾਇਆ? ਮੈਂ ਤਾਂ ਭਾਈ ਆਹ ਦੇਖੋ ਆਹ ਟਿਫਨ ਮੇਰਾ ਪਿਆ, ਜਿਸ ਵੇਲੇ ਮੈਂ ਬਾਈਕ ਤੋਂ ਉਤਰਿਆ ਹੀ ਹੈ, ਉਤਰ ਕੇ ਤਾਂ ਮੈਂ ਲੈ ਟਿਫਨ ਰੱਖਿਆ ਹੀ ਹੈ, ਅਤੇ ਮੈਂ ਅੰਦਰ ਹੀ ਜਾ ਰਿਹਾ ਸੀਗਾ ਅਤੇ 2 ਮਿੰਟ ਗੱਲ ਕਰ ਰਿਹਾ ਸੀ। ਟਿਫਨ ਰੱਖਣ ਵਾਸਤੇ ਮਾਸਕ ਉਤਾਰਨਾ ਜ਼ਰੂਰੀ ਹੈ ਕਿ ਬਾਈਕ ਤੋਂ ਉਤਰਨ ਵਾਸਤੇ ਮਾਸਕ ਉਤਾਰਨਾ ਜ਼ਰੂਰੀ? ਮਾਸਕ ਐਕਚੁਅਲੀ ਮੈਂ ਮਾਸਕ ਪਾ ਕੇ ਆਇਆ ਸੀਗਾ ਅਤੇ ਉਹ ਮਤਲਬ ਗੱਲ ਨਹੀਂ ਹੋ ਰਹੀ ਸੀਗੀ, ਠੀਕ ਹੈ, ਅਤੇ ਮੈਨੂੰ ਥੋੜ੍ਹੀ ਦਿੱਕਤ, ਮੈਂ ਵੈਸੇ ਟਿਫਨ ਰੱਖ ਕੇ ਅਤੇ ਮਾਸਕ ਉਤਾਰਿਆ ਸੀ। ਤੁਹਾਡੇ ਸਾਹਮਣੇ ਮਾਸਕ ਪਾਇਆ, ਮੈਂ ਪ੍ਰੋਪਰ ਗੱਲ ਕਰ ਰਿਹਾ, ਮੈਨੂੰ ਨਹੀਂ ਲੱਗਦਾ ਸ਼ਾਇਦ ਕੋਈ ਦਿੱਕਤ ਹੁੰਦੀ ਜਾਂ ਕੋਈ ਤੁਹਾਨੂੰ ਕੋਈ ਸਾਹ ਦੀ ਪ੍ਰੋਬਲਮ ਹੋਵੇ। ਹਾਂਜੀ ਨਹੀਂ ਨਹੀਂ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਇੱਦਾਂ ਦੀ ਭਾਜੀ ਗੱਲ ਪ੍ਰੋਪਰ ਹੋ ਰਹੀ ਹੁਣ ਤੁਸੀਂ ਮਾਸਕ ਪਾਇਆ? ਹਾਂਜੀ ਗੱਲ ਤੁਸੀਂ ਪ੍ਰੋਬਲਮ ਆਉਂਦੀ ਥੋੜ੍ਹੀ ਜੀ ਗੱਲ ਕਰਨੇ 'ਚ। ਹਾਂਜੀ ਪਰ ਬਚਾ ਵੀ ਤਾਂ ਮਾਸਕ ਹੀ ਕਰੂਗਾ ਨਾ? ਬਚਾ 'ਚ ਬਚਾ ਜੀ, ਤਾਂ ਬਹਾਨੇ ਅਜੀਬੋ ਗਰੀਬ ਅਲੱਗ ਅਲੱਗ ਤਰ੍ਹਾਂ ਦੇ ਬਹਾਨੇ ਮਾਸਕ ਨਾ ਪਾਉਣ ਦੇ। ਸਿਰਫ ਸੜਕਾਂ 'ਤੇ ਨਹੀਂ ਬਲਕਿ ਰੈਸਟੋਰੈਂਟ ਦੁਕਾਨਾਂ ਹਰ ਥਾਂ ਲੋਕ ਬੇਖੌਫ ਬਗੈਰ ਮਾਸਕ ਨਜ਼ਰ ਆਏ ਅਤੇ ਇਹ ਖਤਰਨਾਕ ਕਰੋਨਾ ਨੂੰ ਲੈ ਕੇ ਬਿਲਕੁਲ ਸੰਜੀਦਾ ਨਾ ਨਜ਼ਰ ਆਏ। ਜਾਣਾ ਮੈਂ ਮਾਸਕ ਪਾ ਰਹੀ ਸੀ ਸੀਰੀਅਸਲੀ, ਕਿਉਂਕਿ ਮੈਂ ਆਟੋ 'ਚ ਬੈਠਣ ਲੱਗੇ ਮਾਸਕ ਪਾਉਣਾ ਸੀ। ਡਰ ਹੈ ਕਰੋਨਾ ਦਾ? ਓਬਵੀਅਸਲੀ ਡਰ ਹੈ ਕਰੋਨਾ ਦਾ, ਜ਼ਿੰਮੇਵਾਰੀ ਵੀ ਆਪਣੀ ਬੰਦੀ ਸ਼ਾਇਦ, ਹੈ ਨਾ? ਸੌਰੀ, ਜ਼ਿੰਮੇਵਾਰੀ ਵੀ ਆਪਣੀ ਸਭ ਦੀ, ਹੈ ਨਾ? ਬਿਲਕੁਲ ਆਪਣੀ ਸਭ ਦੀ ਜ਼ਿੰਮੇਵਾਰੀ। ਹਰੇਕ ਦੇ ਆਪਣੇ ਆਪਣੇ ਤਰਕ ਹੈ, ਮੈਂ ਆਫਿਸ ਜਾ ਰਿਹਾ ਸੀ, ਮੈਂ ਬਾਈਕ ਤੋਂ ਉੱਤਰ ਰਿਹਾ ਸੀ, ਅਜੀਬੋ ਗਰੀਬ ਜਿਹੜੇ ਤਰਕ ਹੈ ਸਭ ਦੇ, ਉਹ ਨੌਜਵਾਨ ਖੜਾ, ਸ਼ਾਇਦ ਉਸਨੇ ਵੀ ਮਾਸਕ ਨਹੀਂ ਪਾਇਆ, ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਚਲਾਨ ਜ਼ਰੂਰ ਕੱਟਿਆ ਜਾ ਰਿਹਾ, ਉਹ ਨੌਜਵਾਨ ਖੜਾ, ਸ਼ਾਇਦ ਕਰੋਨਾ ਦਾ ਡਰ ਹੀ ਮਨੋਂ ਲੈ ਗਿਆ। ਭਾਅ ਜੀ ਮਾਸਕ ਨਹੀਂ ਪਾਇਆ ਹੋਇਆ ਤੁਸੀਂ? ਕਿਆ ਚੀਜ਼? ਮਾਸਕ ਨਹੀਂ ਡਾਲਾ ਹੋਊਗਾ। ਮਾਸਕ ਹੈ ਮੇਰੇ ਪਾਸ ਤੋ ਯਾ ਪਰ ਤੋ ਤੀ ਕਰ ਦੇ ਵੇ ਦੇਖਾ। ਤੋ ਚਲਾਨ ਉਤ ਕਟਵਾਣੇ ਕੇ ਲਈ ਮਾਸਕ ਉਤਾਰਨਾ ਪੜਤਾ ਹੈ? ਤੋ ਇਹ ਇਹ ਇਸ ਕੇ ਲਈ ਹੈ। ਹੈਲਮਟ ਉਤਾਰੋਗੇ ਤੋ ਮਾਸਕ ਉਤਾਰੋਗੇ? ਅਜੀਬੋ ਗਰੀਬ ਤਰਕ ਹੈ, ਸ਼ਾਇਦ ਲੋਕਾਂ ਦੇ ਮਨੋਂ ਡਰ ਲੈ ਗਿਆ, ਰਹਿ ਗਿਆ ਕਰੋਨਾ ਦਾ, ਜਾਂ
कितने ना कितने सीरीयस नहीं लै रहे, क्योंकि आ तस्वीर दिखाऊंगा कैमरा मैन, एक बार दिखा देना, साइकिल से मुंडे जा रहे, किसी ने मास्क नहीं पाया हुआ, वो भाई साहब बैठे है मास्क चढ़ रहे पर मास्क नहीं पाया हुआ। ये तस्वीर मोहाली दी 3-5 दी मार्केट दियाँ, 3-5 लाइटा दियाँ, मास्क नहीं पाया होया, नौजवान जा रहे हैं, कोई शायद परवाह नहीं करोना दी। ता तस्वीर मोहाली दियाँ, मोहाली दी 3-5 दी लाइटा दी, किन्ने कु अवेयर है लोग मास्क नू लैके, किन्नी कु चिंताजनक है कि वाकया ही लोड़ है करोना दौरान हुण मास्क पाउण दी। ता अलग अलग तस्वीर बनती है, मास्क नहीं पाया होया, भाई साहब ने मास्क नहीं पाया होया, ये तस्वीर है मोहाली दी 3-5 दी लाइटा दी, किसी ने मास्क नहीं पाया, शायद कोई जवाब ही नहीं देना चाहूगा क्यों नहीं पाया मास्क। आ पिछे भी PB65 नंबर है, 7217 मोहाली का ही नंबर है, सेहत मंत्री के शहर का ही नंबर है, पर भाई साहब ने भी मास्क नहीं पाया होया। अवेयरनैस किन्नी कु है लोगों के, आखिरकार क्यों नहीं मन रहे हदायत कैप्टन अमरिंदर सिंह, जो अपने हुक्मों के पंजाब के मुख्यमंत्री कहते हैं कि हुण मैं सख्ती करूँगा तो तुसीं समझते नहीं, तो वह कहते रोजाना चलान होंगे है 2000 के करीब रोजाना चलान होंगे, पर लोग अवेयर नहीं है, लोग नहीं समझ रहे। पुलिस प्रशासन हालांकि अपनी ड्यूटी कर रहा है, देख रहे चेक कर रहे कितने ना कितने मास्क पाया कि नहीं पाया, पर लोग किन्ने क्यों अवेयर है, लोग किन्नी कु चीज़ों समझ रहे, लोग प्रशासन की किन्नी कु गल मान रहे। ये तस्वीर तुसी देख रहे हो, देख के जरूर मास्क पा लेंगे, जो सवाल किए जाते उदो जरूर मास्क पैंदा। इत्थे तुसी लेडीज़ देख रहे हो हुण मास्क पा रहे हैं, बच्चे दे मास्क नहीं पाया, बच्चा बैठा नाल मास्क नहीं पाया होया। ता तस्वीर बहुत कुछ बयान कर दी है, तस्वीर है मोहाली दे 3-5 दी लाइटा दी, प्रशासनिक अधिकारी किन्ना कु कामयाब होए आ ग्राउंड लेवल ते काम करन दे विच, लोकां नू समझाउण दे विच, जां फिर कोई होर तरीका अपनाउणा पऊगा। बहरहाल इस महामारी मौके तस्वीर रोंगटे खड़े करन वाली जरूर है, पर सवाल ए कि इसका कसूरवार कौन, कि प्रशासन जां ओ लोक जो इस बीमारी नू संजीदा नाल नहीं लै रहे। मोहाली तो आशु अनेजा, ब्यूरो रिपोर्ट, लिविंग इंडिया न्यूज़, पंजाब।